ਹੈਲੋ ਸਟੂਡੈਂਟਸ ਵੈਲਕਮ ਹੇਅਰ ਅਗੇਨ ਮਾਈ ਚੈਨਲ ਜਾਣਕਾਰੀ ਹਿਤ ਮਾਈਸੈਲਫੀਤ ਅਭਿਲਾਸ਼ੀ ਸ਼ਰਮਾ ਇੱਕ ਵਾਰੀ ਫੇਰ ਤੁਹਾਡੀ ਸਾਰਿਆਂ ਦੀ ਜਾਣਕਾਰੀ ਦੇ ਲਈ ਤੁਹਾਡੇ ਹਿੱਤ ਦੇ ਲਈ ਫੰਡਾਮੈਂਟਲ ਆਫ ਈ-ਬਿਜ਼ਨਸ ਦੇ ਅੰਤਰਗਤ ਜਿਹੜਾ ਸਾਡਾ ਕੰਟੈਂਟ ਲਗਾਤਾਰ ਦੋ ਹਿੱਸਿਆਂ ਦੇ ਵਿੱਚ ਪਹਿਲਾਂ ਜੋ ਕਿ ਅਜਦਾ ਤੀਸਰਾ ਹਿੱਸਾ ਐਲੀਮੈਂਟਸ ਆਫ ਕੰਪਿਊਟਰ ਸਿਸਟਮ ਉਹਦੇ ਵਿੱਚ ਅੱਜ ਅਸੀਂ ਜਿਸ ਦੇ ਬਾਰੇ ਗੱਲ ਕਰਾਂਗੇ ਉਹ ਹੈ ਆਰਗੇਨਾਈਜੇਸ਼ਨ ਆਫ ਕੰਪਿਊਟਰ ਕੰਪਿਊਟਰ ਇੱਕ ਸੰਗਠਨ ਦੇ ਰੂਪ ਦੇ ਵਿੱਚ ਜਿਹੜਾ ਇਹ ਕੰਪਿਊਟਰ ਇੱਕ ਹਾਰਡਵੇਅਰ ਹੈ ਸੌਫਟਵੇਅਰ ਤੇ ਹਾਰਡਵੇਅਰ ਦਾ ਕੰਬੀਨੇਸ਼ਨ ਇੱਕ organized form division ਵਿੱਚ ਕਿਵੇਂ ਕੰਮ ਕਰਦਾ ਹੈ ਕਿਹੜੇ-ਕਿਹੜੇ ਹਿੱਸੇ ਨੇ ਜਿਹੜੇ ਕੰਮ ਕਰਨ ਚ ਹੈਲਪਫੁਲ ਹੁੰਦੇ ਨੇ CPU ALU ਤੇ ਬਹੁਤ ਸਾਰੀ ਹੋਰ ਯੂਨਿਟਸ ਦੀ ਅਸੀਂ ਗੱਲ ਕਰਾਂਗੇ लेट्स ਮੂਵ ਹੈ ਟੂ ਮੇਕ आवर ਵੇ ਇਜ਼ੀ ਇਨ ਥਿਸ ਕੰਟੈਂਟ ਆਫ ਆਰਗੇਨਾਈਜੇਸ਼ਨ ਆਫ ਕੰਪਿਊਟਰ ਬਟ ਬਿਫੋਰ ਇਟ देयर इज अ ਵਨ ਅਲਰਟ ਫਾਰ ਆਲ ਆਫ ਯੂ ਬਹੁਤ ਜ਼ਰੂਰੀ ਸੂਚਨਾ ਜਦੋਂ ਵੀ ਇਸ ਚੈਨਲ ਦੇ ਉੱਤੇ ਕੋਈ ਵੀਡੀਓ ਦੇਖਣੀ ਹੈ ਸਟਾਰਟਿੰਗ ਦੇ ਵਿੱਚ ਉਹਦੇ ਬਾਰੇ ਮੰਨਣਾ ਬਣਾਓ ਕੰਟੈਂਟ ਨੂੰ ਕੰਪਲੀਟ ਸਮਝਣਾ ਤਾਂ ਸੀ ਕੰਪਲੀਟ ਵੀਡੀਓ ਟੂ ਗੈਟ ਕੰਪਲੀਟ ਨੋਲੇਜ ਐਂਡ ਸੀ ਦਾ ਵੀਡੀਓ ਨੂੰ ਫੁੱਲ ਸਕਰੀਨ ਦੈਟ ਇਜ਼ ਵੈਰੀ ਇੰਪੋਰਟੈਂਟ ਇਨਸਟਰਕਸ਼ਨ ਫੁੱਲ ਵਾਈਡਰ ਸਕਰੀਨ ਕਰਕੇ ਦੇਖੋ ਜਿਸ ਡਿਵਾਈਸ ਨੂੰ ਵੀ ਤੁਸੀਂ ਵਰਤ ਰਹੇ ਹੋ ਸੈੱਲ ਫੋਨ ਲੈਪਟਾਪ ਔਰ ਕੰਪਿਊਟਰ ਓਕੇ ਦਾ ਕੰਟੈਂਟ ਵੀ ਆਰ ਗੋਇੰਗ ਟੂ ਡਿਸਕਸ ਇਜ਼ ਦਾ ਆਰਗੇਨਾਈਜੇਸ਼ਨ ਆਫ ਕੰਪਿਊਟਰ ਕੰਪਿਊਟਰ ਦਾ ਸੰਗਠਨ ਕੀ ਚੀਜ਼ ਹੈ ऑर्गेनाइजेशन ऑफ कंप्यूटर मींस द वे इन व्हिच डिफरेंट पार्ट्स ऑफ कंप्यूटर्स आर इंटरकनेक्टेड एंड द मेथड इन व्हिच द प्रोसेसर परफॉर्म्स अकॉर्डिंग टू द गिवन इंस्ट्रक्शंस ਆਉ ਇਹਦੇ ਮਤਲਬ ਨੂੰ ਆਸਾਨ ਕਰਕੇ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਕੰਪਿਊਟਰ ਦੇ ਸੰਗਠਨ ਦਾ ਮਤਲਬ ਇੱਕ ਉਹ ਰਸਤਾ ਉਹ ਵਿਧੀ ਹੈ ਜਿਹਦੇ ਨਾਲ ਕੰਪਿਊਟਰ ਦੇ ਸਾਰੇ ਪਾਰਟਸ ਇੱਕ ਦੂਸਰੇ ਨਾਲ ਜੁੜੇ ਹੋਏ ਹੁੰਦੇ ਨੇ ਤੇ ਇੱਕ ਅਜਿਹਾ ਢੰਗ ਹੈ ਜਿਹਦੇ ਨਾਲ ਕੰਪਿਊਟਰ ਦਾ ਪ੍ਰੋਸੈਸਰ ਜਿਨੇ ਸਾਰਾ ਪ੍ਰੋਸੈਸ ਕਰਨਾ ਹੈ ਦਿੱਤੀਆਂ ਹੋਈਆਂ ਇਨਸਟਰਕਸ਼ਨਸ ਦੇ ਅਨੁਸਾਰ ਆਪਣੇ ਸਾਰੇ ਪ੍ਰੋਸੈਸ ਕਰਦਾ ਹੈ ਸਾਰੀ ਪਰਫਾਰਮੈਂਸ ਦਿੰਦਾ ਹੈ ਜਿਹੜੀ ਉਹਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਇਸ ਨੂੰ ਹੀ ਅਸੀਂ ਆਰਗੇਨਾਈਜੇਸ਼ਨ ਆਫ ਕੰਪਿਊਟਰ ਜਾਂ ਕੰਪਿਊਟਰ ਦਾ ਸੰਗਠਨ ਕਹਿੰਦੇ ਹਾਂ ਫੋਰ ਆਰਗਨਾਈਜੇਸ਼ਨ ਆਫ ਕੰਪਿਊਟਰ ਡਿਫਰੈਂਟ ਫੰਕਸ਼ਨਲ ਬਲਾਕਸ ਆਰ ਇੰਟਰਕਨੈਕਟਡ ਮੈਂ ਪਹਿਲਾਂ ਦੱਸਿਆ ਸੀ ਕਿ ਜਦੋਂ ਅਸੀਂ ਆਰਗਨਾਈਜੇਸ਼ਨ ਦੀ ਗੱਲ ਕਰਦੇ ਹਾਂ ਮਤਲਬ ਸਾਰੇ ਕੰਪਿਊਟਰ ਦੇ ਪਾਰਟਸ ਕਿਵੇਂ ਆਰਗਨਾਈਜ਼ਡ ਰੂਪ ਦੇ ਵਿੱਚ ਇੰਟਰਕਨੈਕਟਡ ਨੇ ਉਹ ਕਿਹੜੇ ਕਿਹੜੇ ਪਾਰਟਸ ਨੇ ਫੰਕਸ਼ਨਲ ਬਲਾਕਸ ਨੇ ਜਿਹੜੇ ਕੰਮ ਕਰਦੇ ਨੇ ਇੰਟਰਕਨੈਕਟਡ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਹੈ ਉਹਦੀ ਜਾਣਕਾਰੀ CPU ALU CU ਇਨਪੁਟ ਯੂਨਿਟ ਆਉਟਪੁਟ ਯੂਨਿਟ ਐਂਡ ਮੈਮਰੀ ਥੀਸ ਆਰ ਦਾ 6 six different functional blocks are interconnected which processed or perform the or as a organizer of a computer computer ek sangathit roop de vich kam karda hai inna sare functional blocks di help de naal appa inna sareyan de bare ek karjshil block ne jehde aapas jude hoye hunde ne appa inna de bare ik ik karke gall karde ha taaki kam asaan ho sab to pehla cpu di main gall kar rha si Abbreviated as the form as CPU Full form is Central Processing Unit Central Processing Unit also called as a Central Processor or Main Processor or Just Processor is the electronic single independent machine within a computer that execute instructions that make up a computer program it is known as brain of computer the control unit together with alu and memory unit constitute the cpu yes bahut important gal hai jinu eh gal dimags baithi age sara topic banayi ji hai central processing unit jenu kendri processing unit kende hain cpu enu central processor mukh processor ya processor vi kehya ja sakda hai computer de vich ek electronic single independent ਇੱਕ ਮਸ਼ੀਨ ਹੈ ਜੋ ਦਿੱਤੀ ਹੋਈ ਇਨਸਟਰਕਸ਼ਨਸ ਦੇ ਅਨੁਸਾਰ ਕੰਮ ਕਰਦੀ ਹੈ ਇੱਕ ਕੰਪਿਊਟਰ ਦੇ ਜਿੰਨੇ ਵੀ ਪ੍ਰੋਗਰਾਮ ਪਰਫਾਰਮ ਕਰਦੇ ਨੇ ਉਹਦਾ ਪ੍ਰੋਗਰਾਮਸ ਬੰਦੇ ਨੇ ਉਹ ਸਾਰੇ CPU ਦੇ ਉੱਤੇ ਬੰਦੇ ਨੇ ਇਹਨੂੰ ਸਹੀ ਮਾਇਨੇ ਚ ਬ੍ਰੇਨ ਆਫ ਦਾ ਕੰਪਿਊਟਰ ਵੀ ਕਿਹਾ ਜਾਂਦਾ ਹੈ ਕੰਪਿਊਟਰ ਦਾ ਦਿਮਾਗ ਜਿਵੇਂ ਇਨਸਾਨੀ ਦਿਮਾਗ ਹੁੰਦਾ ਹੈ CPU ਕੰਪਿਊਟਰ ਦਾ ਦਿਮਾਗ ਹੈ CPU ਦੇ ਵਿੱਚ ਇਹਦੀ ਕੰਟਰੋਲ ਯੂਨਿਟ ਅਰਥਮੈਟਿਕ ਲੌਜੀਕਲ ਯੂਨਿਟ ਜਿਹਨੂੰ ALU ਕਹਿੰਦੇ ਨੇ ਤੇ ਮੈਮਰੀ ਯੂਨਿਟ ਇਹ ਤਿੰਨਾਂ ਦਾ ਕੰਬਾਈਨਡ ਰੂਪ CPU ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਆਮ ਤੌਰ ਤੇ ਜੇ ਤੁਸੀਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਨੂੰ ਕਿਸੇ ਕੰਪਿਊਟਰ ਵਿੱਚ ਮਹਿਸੂਸ ਕਰਦੇ ਹੋਗੇ ਜਿਹੜੇ ਸਾਡੇ ਡੈਸਕਟਾਪ ਕੰਪਿਊਟਰ ਨੇ ਉਹ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਦਾ ਬਾਹਰੋਂ ਤਾਂ ਆਮ ਤੌਰ ਤੇ ਇਹੋ ਜਿਹਾ ਹੁੰਦਾ ਓਕੇ ਦੈਟ ਇਜ਼ ਅ ਮੇਜਰ ਮੇਜਰ ਪਾਰਟ ਆਫ ਕੰਪਿਊਟਰ ਸਭ ਤੋਂ ਇੰਪੋਰਟੈਂਟ ਹਿੱਸਾ ਹੈ CPU ਜਿੱਥੇ ਸਾਰਾ ਪ੍ਰੋਸੈਸਰ ਹੁੰਦਾ ਹੈ ਪ੍ਰੋਸੈਸਰ ਇਜ਼ ਆ ਡਿਵਾਈਸ ਵਿਚ ਪ੍ਰੋਸੈਸਸ ਦਾ ਹੋਲ ਕੰਪਿਊਟਰਾਈਜ਼ਡ ਪ੍ਰੋਸੈਸ ਪਰ ਕੰਪਿਊਟਰ ਦੀ ਇਸ ਪ੍ਰੋਸੈਸਿੰਗ ਦੇ ਵਿੱਚ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਤਿੰਨ ਹਿੱਸੇ ਹੁੰਦੇ ਨੇ ਕੰਟਰੋਲ ਯੂਨਿਟ ਅਰਿਥਮੈਟਿਕਲ ਲੌਜੀਕਲ ਯੂਨਿਟ ਐਂਡ ਮੈਮਰੀ ਯੂਨਿਟ ਤਿੰਨੋਂ ਕੰਬਾਈਨਡ ਰੂਪ ਦੇ ਵਿੱਚ ਮਿਲ ਕੇ ਫਿਰ CPU ਬਣਾਉਂਦੇ ਨੇ ਆਪਾਂ ਤਿੰਨਾਂ ਦੇ ਬਾਰੇ ਵੀ ਗੱਲ ਕਰਾਂਗੇ ਇਹ ਤੁਹਾਡੇ ਸਾਹਮਣੇ ਸੇਮ CPU ਜਿਹੜਾ ਮੈਂ ਦਿਖਾ ਰਿਆ ਸੀ ਤੁਹਾਨੂੰ ਕਿ ਆਮ ਕਿਸੇ ਕੰਪਿਊਟਰ ਦੇ ਵਿੱਚ ਦੇਖਣ ਚ ਇਸ ਤਰ੍ਹਾਂ ਦਾ ਲੱਗਦਾ ਹੈ CPU ਬਾਰੋ ਅੰਦਰੋਂ ਇਹ ਦੇਖੋ ਧਿਆਨ ਨਾਲ ਇਹ ਸਾਰਾ CPU ਹੈ ਇਹ ਐਗਜ਼ੌਸਟ ਫੈਨ ਹੈ ਇੱਕ ਤਰ੍ਹਾਂ ਦਾ ਲੱਗਿਆ ਹੋਇਆ ਜਿਹੜਾ ਕੰਪਿਊਟਰ ਚ ਕਿਸੇ ਵੀ ਤਰ੍ਹਾਂ ਦੀ ਹੀਟ ਪੈਦਾ ਹੁੰਦੀ ਹੈ ਉਹਨੂੰ ਐਗਜ਼ਿਟ ਕਰਦਾ ਹੈ ਠੀਕ ਹੈ ਮੇਜਰ ਜਿਹੜਾ CPU ਹੈ ਇਹ ਤੇ ਉਹਦੇ ਪਾਰਟਸ ਨੇ ਜੋ ਇੱਥੇ ਦਿਖਾਇਆ ਗਿਆ ਬਹੁਤ ਸਾਰੀਆਂ ਇੱਕ ਸ਼ੀਟ ਹੈ ਲੱਗੀ ਹੋਈ ਸਿਲੀਕਨ ਦੀ ਬਣੀ ਹੋਈ ਉਹਦੇ ਉੱਪਰ ਬਹੁਤ ਸਾਰੇ IC ਲੱਗੇ ਹੋਏ ਨੇ ਕਨੈਕਟਿੰਗ ਲੱਗੇ ਹੋਏ ਨੇ ਉਹ ਸਾਰੇ ਪਾਰਟਸ ਨੇ ਜਿਹੜੀ CPU ਐ ਸੈਂਟਰਲ ਪ੍ਰੋਸੈਸਿੰਗ ਯੂਨਿਟ ਜਿਵੇਂ ਮੈਂ ਤੁਹਾਨੂੰ ਦੱਸਿਆ ਤਿੰਨ ਹਿੱਸਿਆਂ ਦਾ ਕੰਬਾਈਨਡ ਰੂਪ ਹੈ ਕੰਟਰੋਲ ਯੂਨਿਟ ਅਰਥਮੈਟਿਕ ਲੌਜੀਕਲ ਯੂਨਿਟ ਤੇ ਮੈਮਰੀ ਯੂਨਿਟ ਅਰਥਮੈਟਿਕਲ ਲੌਜੀਕਲ ਯੂਨਿਟ ਮੈਮਰੀ ਯੂਨਿਟ ਤੋਂ ਹੀ ਡਾਟਾ ਲੈਂਦੀ ਹੈ ਤੇ ਮੈਮਰੀ ਯੂਨਿਟ ਨੂੰ ਹੀ ਡਾਟਾ ਪ੍ਰੋਸੈਸ ਕਰਕੇ ਦਿੰਦੀ ਹੈ ਇਸ ਸਾਰਾ ਦਾ ਸਾਰਾ ਜਿਹੜਾ ਕੰਬਾਈਨਡ ਫਾਰਮੇਸ਼ਨ ਹੈ ਕੰਟਰੋਲ ਯੂਨਿਟ ਅਰਥਮੈਟਿਕ ਲੌਜੀਕਲ ਤੇ ਮੈਮਰੀ ਯੂਨਿਟ ਸਾਡੇ ਇਸ CPU ਦੇ ਜਿਹੜਾ ਇਸ ਪਿਕਚਰਸ ਦਿਖਾਇਆ ਗਿਆ ਤੇ ਇਹਦਾ ਹੀ ਪਾਰਟ ਨੇ ਹਾਲ ਆਫ ਥਿਸ ਯੂਨਿਟ ਇਸ ਨੋਨ ਐਸ ਸੈਂ ओके यस स्टूडेंट सीपीयू ਨੂੰ ਜੇਕਰ ਤੁਸੀਂ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਸੀ ਕਿ ਅੰਦਰ ਇੱਕ ਸ਼ੀਟ ਲੱਗੀ ਹੋਈ ਹੁੰਦੀ ਹੈ ਨਾਰਮਲ ਗ੍ਰੀਨ ਸ਼ੇਡ ਦੀ ਜਿਹਨੂੰ ਅਸੀਂ ਸਿਲੀਕਾਨ ਚਿਪ ਕਹਿੰਦੇ ਆਂ ਤੌਰ ਤੇ ਦੇਖਣ ਦੀ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਵੀ ਇੱਕ CPU ਦੇ ਡਿਫਰੈਂਟ ਪਾਰਟਸ ਨੇ ਜਿਸ ਮਦਰਬੋਰਡ ਪ੍ਰੋਸੈਸਰ ਸਭ ਕੁਝ ਲੱਗਿਆ ਹੋਇਆ ਹੁੰਦਾ ਬਹੁਤ ਸਾਰੇ ICs ਲੱਗੇ ਹੋਏ ਨੇ ਇੰਟਰਕਨੈਕਟਿਡ ਐਕਟੀਵਿਟੀਆਂ ਕਰਦੇ ਨੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਇਹ ਸਾਰੇ ਪਾਰਟਸ ਕਲੀਅਰ ਆਪਣੇ ਆਪ ਸੋਚ ਕੇ ਦੇਖੋ ਜੀ ਮੇਂ ਇਨਸਾਨੀ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਬ੍ਰੇਨ ਦੇ ਵਿੱਚ ਬਹੁਤ ਸਾਰੀਆਂ ਵੇਇਨਸ ਹੁੰਦੀਆਂ ਨੇ ਇੰਟਰਕਨੈਕਟਡ ਸੇਮ ਹਾਲਾਤ ਤੁਸੀਂ ਇੱਥੇ ਦੇਖ ਰਹੇ ਹੋ ਬਹੁਤ ਇੰਟਰਕਨੈਕਟਡ ਐਕਟੀਵਿਟੀਜ਼ ਨੇ ਬਹੁਤ ਸਾਰੇ ਕਨੈਕਸ਼ਨਸ ਨੇ ਆਈ ਸੀਜ਼ ਲੱਗੇ ਹੋਏ ਨੇ ਤੇ ਮੇਜਰ ਤਿੰਨ ਪਾਰਟ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਇਸ ਹੀ ਸੀਪੀਯੂ ਦਾ ਪਾਰਟ ਨੇ ਆ ਜੋ ਹੁਣ ਇਸ ਪਾਰਟ ਜਿਸ ਤੋਂ ਅਸੀਂ ਗੱਲ ਕਰ ਰਹੇ ਸੀ ਉਹਦੇ ਵਿੱਚੋਂ ਹੀ ਇੱਕ ਪਾਰਟ ਜਿਸ ਦੀ ਮੈਂ ਗੱਲ ਇੱਥੇ ਕਰ ਰਿਹਾ ਹੁਣ ਆਰਗੇਨਾਈਜੇਸ਼ਨ ਆਫ ਕੰਪਿਊਟਰ ਦੀ ਗੱਲ ਕਰਦੇ ਆ ਤਾਂ ਉਹਦਾ ਇੱਥੇ ਹਿੱਸਾ ਹੁੰਦਾ ਹੈ ਏ ਐਲ ਯੂ ਜਿਤੇ CPU ਹੁੰਦਾ ਹੈ CPU ਦਾ ਹੀ ਇੱਕ ਪਾਰਟ ਹੈ ਵੈਰੀ ਇੰਪੋਰਟੈਂਟ ਪਾਰਟ ਥੈਟ ਇਜ਼ ALU ਅਰਥਮੈਟਿਕ ਲੌਜੀਕਲ ਯੂਨਿਟ ਕੀ ਹੁੰਦੀ ਹੈ ਇਹ ਅਰਥਮੈਟਿਕ ਲੌਜੀਕਲ ਯੂਨਿਟ ਜਿਹਨੂੰ ਐਬ੍ਰਿਵੀਏਟਡ ਵਰਡ ਦੇ ਵਿੱਚ ALU ਕਹਿੰਦੇ ਨੇ ਇਜ਼ ਦਾ ਮੇਜਰ ਕੰਪੋਨੈਂਟ ਆਫ CPU ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਸਭ ਤੋਂ ਮੇਜਰ ਹਿੱਸਾ ਹੁੰਦਾ ਹੈ ਕੰਪਿਊਟਰ ਸਿਸਟਮ ਦੇ ਵਿੱਚ ਇਟ ਡਸ ਆਲ ਪ੍ਰੋਸੈਸਿਸ ਰਿਲੇਟਿੰਗ ਟੂ ਅਰਥਮੈਟਿਕ ਐਂਡ ਲੌਜੀਕ ਆਪਰੇਸ਼ਨਸ ਥੈਟ ਨੀਡ ਟੂ ਬੀ ਡਨ ਔਨ ਇਨਸਟਰਕਸ਼ਨ ਵਰਡਸ ਜਿਵੇਂ ਇਹਨੂੰ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਕੰਮ ਕਰਨ ਦੇ ਲਈ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਹੀ ਸ਼ਬਦਾਂ ਦੇ ਅਨੁਸਾਰ ਜੋ ਵੀ ਕਰਨ ਦੀ ਜ਼ਰੂਰ ਪੈਂਦੀ ਹੈ ਜੋ ਵੀ ਲੌਜੀਕਲ ਗਣਿਤਿਕ ਤਰਕਸੰਗਤ ਕੰਮ ਹੁੰਦੇ ਨੇ ਉਹ ਸਾਰੇ ਦੇ ਸਾਰੀਆਂ ਪ੍ਰਕਿਰਿਆਵਾਂ ਅਰਥਮੈਟਿਕ ਲੌਜੀਕਲ ਯੂਨਿਟ ਕਰਦਾ ਹੈ ALU ਆਲਸੋ ਨੋਨ ਐਜ਼ ਇੰਟੀਗਰ ਯੂਨਿਟ ਇੰਟੀਗ੍ਰੇਟਿਡ ਫਾਰਮ ਹੈ ਇਹ ਅਰਥਮੈਟਿਕ ਲੌਜੀਕ ਯੂਨਿਟ ਇਜ਼ ਥੈਟ ਪਾਰਟ ਆਫ CPU ਥੈਟ ਹੈਂਡਲਸ ਆਲ ਕੈਲਕੂਲੇਸ਼ਨ ਦਾ ਸੀਪੀਯੂ ਮੇ ਨੀਡ ਸੈਂਟਰਲ ਪ੍ਰੋਸੈਸਿੰਗ ਯੂਨਿਟਸ ਨੂੰ ਜਿੰਨੀਆਂ ਵੀ ਕੈਲਕੂਲੇਸ਼ਨਸ ਕਰਨ ਦੀ ਜ਼ਰੂਰਤ ਹੈ ਉਹ ਸਾਰੀ ਦੀ ਸਾਰਾ ਕੰਮ ਏ ਐਲ ਯੂ ਦੁਆਰਾ ਕੀਤਾ ਜਾਂਦਾ ਜੋ ਸੀਪੀਯੂ ਦਾ ਇੱਕ ਹਿੱਸਾ ਹੈ ਮੋਸਟ ਆਫ ਥੀਸ ਆਪਰੇਸ਼ਨਸ ਆਰ ਲੌਜੀਕਲ ਇਨ ਨੇਚਰ ਯਸ ਜਿੰਨੇ ਵੀ ਪ੍ਰੋਸੈਸ ਹੋ ਰਹੇ ਨੇ ਉਹਦੇ ਵਿੱਚ ਅਰਥਮੈਟਿਕਲ ਕੈਲਕੂਲੇਸ਼ਨ ਕਰਨ ਲਈ ਲੌਜੀਕਲ ਨੇਚਰ ਦੇ ਤਾਂ ਹੈਗੇ ਤਰਕ ਸੰਗਤਾਂ ਹੈਗੇ ਸਾਰੇ ਦੇ ਸਾਰੇ ਕੰਮ ਸਵਾਭਿਕ ਰੂਪ ਚ ਤਰਕ ਸੰਗਤ ਹੀ ਹੁੰਦੇ ਨੇ ਕਲੀਅਰ ਇਰੈਲੇਵੈਂਸ ਨਹੀਂ ਹੁੰਦਾ ਪ੍ਰੋਪਰ ਲੌਜੀਕਲ ਫਾਰਮੇਸ਼ਨ ਦੇ ਵਿੱਚ ਹਰ ਤਰ੍ਹਾਂ ਦੀ ਕੈਲਕੂਲੇਸ਼ਨ ALU ਦੇ ਦੁਆਰਾ ਕੀਤੀ ਜਾਂਦੀ ਹੈ ਜਿਵੇਂ ਦੀ ਇਨਸਟਰਕਸ਼ਨਸ ਇਹਨੂੰ ਮਿਲਦੀਆਂ ਇੱਕ ਜਿਵੇਂ ਪਹਿਲਾਂ ਦਿਖਾਇਆ ਸੀ ਜਿਹੜਾ CPU ਹੈ ਉਹਦੇ ਤਿੰਨ ਪਾਰਟ ਨੇ ਜਿਹਦੇ ਵਿੱਚੋਂ ਇੱਕ ਪਾਰਟ ALU ਵੀ ਹੈ ALU ਮੈਮਰੀ ਯੂਨਿਟ ਦੇ ਨਾਲ ਡਾਇਰੈਕਟਲੀ ਜੁੜਿਆ ਹੋਇਆ ਹੈ ਜਦੋਂ ਇਨਪੁਟ ਦੇ ਰੂਪ ਚ ਡਾਟਾ ਮਿਲਦਾ ਹੈ ਅਰਥਮੈਟਿਕਲ ਲੌਜੀਕਲ ਯੂਨਿਟ ਨੂੰ ਇਹ ਇਹਦੇ ਉੱਤੇ ਪ੍ਰੋਸੈਸ ਕਰਕੇ ਕੈਲਕੂਲੇਸ਼ਨ ਕਰਦਾ ਹੈ ਤੇ ਜਦੋਂ ਪ੍ਰੋਸੈਸ ਪੂਰਾ ਹੋ ਜਾਂਦਾ ਹੈ ਦੁਆਰਾ ਮੈਮਰੀ ਯੂਨਿਟ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਕਲੀਅਰ ਹੋ ਗਿਆ ਇਸ ਤੋਂ ਬਾਅਦ ਜਿਵੇਂ ਇੱਥੇ ਡਾਇਗਰਾਮ ਦੇ ਵਿੱਚ ਮੈਂ ਬਾਰ ਬਾਰ ਰਿਪੀਟ ਕਰ ਰਹੇ ਹਾਂ ਕਿਉਂਕਿ ਇਹ CPU ਦਾ ਹੀ ਪਾਰਟ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ALU ਨੈਕਸਟ ਅਸੀਂ ਪਾਰਟਸ ਦੀ ਗੱਲ ਕਰ ਰਹੇ ਸੀ CPU ਦੇ ਵਿੱਚੋਂ ਜਿੱਥੇ ALU ਉਹਦਾ ਇੱਕ ਪਾਰਟ ਕੰਟਰੋਲ ਯੂਨਿਟ ਵੀ ਹੈ ਕੰਟਰੋਲ ਯੂਨਿਟ ਕੀ ਚੀਜ਼ ਹੈ ਕੰਟਰੋਲ ਯੂਨਿਟ ਜਿਹਨੂੰ ਅਸੀਂ ਐਬ੍ਰੀਵੀਏਟਡ ਵਰਡ ਦੇ ਵਿੱਚ CU ਕਹਿੰਦੇ ਆ ਦਾ ਕੰਟਰੋਲ ਯੂਨਿਟ ਇਜ਼ ਦਾ ਕੰਪੋਨੈਂਟ ਆਫ ਕੰਪਿਊਟਰ ਦਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਕਲੀਅਰ ਹੈ ਤਾਂ CPU ਦਾ ਇੱਕ ਹਿੱਸਾ ਹੈ ਦੈਟ ਡਾਇਰੈਕਟਸ ਦਾ ਆਪਰੇਸ਼ਨ ਆਫ ਦਾ ਪ੍ਰੋਸੈਸਰ ਜਿਹੜਾ ਉਹਦੇ ਅੰਦਰ ਪ੍ਰੋਸੈਸਰ ਕੰਮ ਕਰਦਾ ਹੈ ਕੰਪਿਊਟਰ ਦੇ ਅੰਦਰ ਪ੍ਰੋਸੈਸਰ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕੰਪਿਊਟਰ ਦੀ ਪ੍ਰੋਸੈਸਿੰਗ ਨੂੰ ਤੇਜ਼ ਕਰਨ ਦੇ ਲਈ ਜਿਸ ਕੰਪਿਊਟਰ ਦਾ ਪ੍ਰੋਸੈਸਰ ਘਟਿਆ ਉਹਦੀ ਪ੍ਰੋਸੈਸਿੰਗ ਵੀ ਸਲੋ ਹੁੰਦੀ ਹੈ ਇਹ ਧਿਆਨ ਰੱਖੋ ਸੋ ਜਦੋਂ ਵੀ ਕੰਪਿਊਟਰ ਬਾਏ ਕਰੋ ਤਾਂ ਪ੍ਰੋਸੈਸਰ ਇਜ਼ ਵੈਰੀ ਇੰਪੋਰਟੈਂਟ ਵੈਰੀ ਇੰਪੋਰਟੈਂਟ ਹੈ ਧਿਆਨ ਰੱਖਿਓ ਟੈਸਟ ਦਾ ਕੰਪਿਊਟਰਸ ਮੈਮਰੀ ਅਰਥਮੈਟਿਕ ਐਂਡ ਲੌਜੀਕਲ ਯੂਨਿਟ ਇਨਪੁਟ ਐਂਡ ਆਊਟਪੁੱਟ ਡਿਵਾਈਸਿਸ ਹਾਊ ਟੂ ਰਿਸਪੌਂਡ ਟੂ ਦਾ ਇਨਸਟਰਕਸ਼ਨਸ ਦੈਟ ਹੈਵ ਬੀਨ ਸੈਂਟ ਟੂ ਦਾ ਪ੍ਰੋਸੈਸਰ ਵਰੀ ਇੰਪੋਰਟੈਂਟ ਕਨਸੈਪਟ ਆਈ ਐਮ ਡਿਸਕਸਿੰਗ ਹੇਅਰ ਕੰਪਿਊਟਰ ਦੀ ਕੰਟਰੋਲ ਯੂਨਿਟ CPU ਦੇ ਅੰਦਰ ਹੀ ਉਹਦਾ ਇੱਕ ਪਾਰਟ ਹੈ ਕੰਟਰੋਲ ਯੂਨਿਟ ਕੰਮ ਕੀ ਕਰਦੀ ਹੈ ਕੰਪਿਊਟਰ ਦੀ ਮੈਮਰੀ ਨੂੰ ਅਰਥਮੈਟਿਕਲ ਲੌਜੀਕਲ ਯੂਨਿਟ ਨੂੰ ਇਨਪੁਟ ਤੇ ਆਉਟਪੁਟ ਡਿਵਾਈਸਸ ਨੂੰ ਕਲੀਅਰਲੀ ਇਨਸਟਰਕਸ਼ਨ ਦਿੰਦਾ ਹੈ ਇਹ ਪਾਰਟ ਉਹਨੂੰ ਕਲੀਅਰਲੀ ਕੰਟਰੋਲ ਕਰਕੇ ਰੱਖਦਾ ਹੈ ਜੋ ਵੀ ਇਨਸਟਰਕਸ਼ਨਸ ਪ੍ਰੋਸੈਸਰ ਨੂੰ ਦੇਣੀਆਂ ਨੇ ਉਹ ਸਾਰੀਆਂ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਸੋ ਦਾ ਪ੍ਰੋਪਰ ਪ੍ਰੋਸੈਸਿੰਗ ਕੈਨ ਬੀ ਡਨ ਵਿਦ ਐਨੀ ਟਾਈਪ ਆਫ ਅ ਡਾਟਾ ਕਲੀਅਰ ਕੰਟਰੋਲ ਯੂਨਿਟ ਦਾ ਤੁਸੀਂ ਪ੍ਰੋਸੈਸਿੰਗ ਨੂੰ ਦੇਖੋ ਇਸ ਡਾਇਗਰਾਮ ਦੇ ਵਿੱਚ ਬਣਿਆ ਹੋਇਆ ਥੈਟ ਇਜ਼ ਕੰਟਰੋਲ ਯੂਨਿਟ ਕੰਟਰੋਲ ਯੂਨਿਟ ਇਹ ਵਾਲੀ ਹੈ ਕੰਟਰੋਲ ਯੂਨਿਟ ਜਿਹੜੀ ਮੈਨ ਮੈਮਰੀ ਤੋਂ ਇਹਦੇ ਸਟੈਪ ਵਾਈਜ਼ ਦੇਖੋ ਫੈਚ ਇਨਸਟਰਕਸ਼ਨ ਫਰਮ ਦਾ ਮੈਮਰੀ ਫਰਸਟ ਸਟੈਪ ਦੇ ਵਿੱਚ ਮੈਨ ਮੈਮਰੀ ਤੋਂ ਏਲਯੂ ਦੇ ਵਿੱਚ ਇਨਸਟਰਕਸ਼ਨ ਆਉਂਦੀਆਂ ਨੇ ਉਹਨਾ ਇਨਸਟਰਕਸ਼ਨ ਨੂੰ ਡਾਇਰੈਕਟ ਉਹ ਇਨਸਟਰਕਸ਼ਨ ਆਂਦੀਆਂ ਨੇ ਹਿਊਮਨ ਲੈਂਗੁਏਜ ਉਹਨਾਂ ਨੂੰ ਡੀਕੋਡ ਕੀਤਾ ਜਾਂਦਾ ਹੈ ਬਾਈਨਰੀ ਨੰਬਰਸ ਦੇ ਵਿੱਚ ਪ੍ਰੋਸੈਸਿੰਗ ਕਰਨ ਦੇ ਲਈ ਕੰਟਰੋਲ ਯੂਨਿਟ ਉਹ ਸਾਰੀਆਂ ਕਮਾਂਡਸ ਨੂੰ ਸੈਂਡ ਕਰਨ ਦੇ ਲਈ ਪੂਰਾ ਐਜ਼ ਅ ਕੰਟਰੋਲਰ ਦੇ ਰੂਪ ਦੇ ਵਿੱਚ ਕੰਮ ਕਰਦਾ ਹੈ ਸਾਰੀਆਂ ਕਮਾਂਡ ਜਿਹੜੇ ਹੋਣੇ ਉਹਨਾਂ ਨੂੰ ਐਗਜ਼ੀਕਿਊਟ ਕਰਵਾਉਂਦਾ ਹੈ ਏ ਐਲ ਯੂ ਤੋਂ ਜਾਂ ਮੇਨ ਮੈਮਰੀ ਵਾਲੇ ਯੂਨਿਟਸ ਤੋਂ ਤੇ ਜਦੋਂ ਉਹਦੇ ਤੇ ਕੰਪਲੀਟ ਪ੍ਰੋਸੈਸਿੰਗ ਹੋ ਜਾਂਦੀ ਹੈ ਪ੍ਰੋਸੈਸਸਸ ਦੇ ਥਰੂ ਫਿਰ ਉਹਨਾ ਇਨਸਟਰਕਸ਼ਨਸ ਨੂੰ ਦੁਆਰਾ ਅਕੋਰਡਿੰਗ ਫਾਰਮੇਸ਼ਨ ਦੇ ਵਿੱਚ ਮੇਨ ਮੈਮਰੀ ਦੇ ਵਿੱਚ ਫਿਰ ਸਟੋਰ ਕਰ ਦਿੱਤਾ ਜਾਂਦਾ ਹੈ ਇਸ ਢੰਗ ਦੇ ਨਾਲ ਕੰਟਰੋਲ ਯੂਨਿਟ ਇੱਕ ਵਾਕੀ ਜਿਵੇਂ ਇੱਕ ਕਿਸੇ ਆਰਗੇਨਾਈਜ਼ ਨੂੰ ਚਲਾਉਣ ਵਾਸਤੇ ਮੇਨ ਕੰਟਰੋਲਰ ਇੱਕ ਹੈਡ ਹੁੰਦਾ ਹੈ ਨਾ CPU ਦਾ ਮੇਨ ਪਾਰਟ ALU ਤੋਂ ਮੇਨ ਮੈਮਰੀ ਤੋਂ ਕੰਮ ਲੈਣ ਵਾਲਾ ਜਿਹੜਾ ਹੈ ਉਹ ਕੰਟਰੋਲ ਯੂਨਿਟ ਹੁੰਦਾ ਹੈ ਕਲੀਅਰ ਨੈਕਸਟ ਵਨ ਇਸ ਤੋਂ ਇਲਾਵਾ ਕੰਟਰੋਲ ਯੂਨਿਟ ਜਿਵੇਂ ਪਹਿਲਾਂ ਦੱਸਿਆ ਕਿ CPU ਦਾ ਮੈਜਰ ਪਾਰਟ ਹੈ ਦਿਮਾਗ ਚ ਰੱਖਿਓ CPU ਦੇ ਤਿੰਨ ਪਾਰਟ ਨੇ ਕੰਟਰੋਲ ਯੂਨਿਟ ਅਰਥਮੈਟਿਕ ਯੂਨਿਟ ਤੇ ਮੈਮਰੀ ਯੂਨਿਟ ਅਸੀਂ ਦੋ ਦੀ ਗੱਲ ਕਰ ਚੁੱਕੇ ਹੁਣ ਅਸੀਂ ਗੱਲ ਕਰਦੇ ਆ ਮੈਮਰੀ ਯੂਨਿਟ ਦੇ ਬਾਰੇ ਗੱਲ ਕਰਾਂਗੇ ਮੈਮਰੀ ਕੀ ਚੀਜ਼ ਹੈ ਮੈਮਰੀ ਇਸ ਦਾ ਕਾਰਨਰ ਸਟੋਨ ਆਫ PC ਨੀ ਪੱਥਰ ਹੈ ਵੀ ਇਹ ਜਿਵੇਂ ਘਰ ਦੀ ਨੀਵ ਰੱਖਣ ਦੇ ਲਈ ਇੱਕ ਪੱਥਰ ਪਹਿਲਾਂ ਇੰਸਟਾਲ ਕੀਤਾ ਜਾਂਦਾ ਹੈ ਨਾ ਇੱਕ ਇੱਟ ਰੱਖੀ ਜਾਂਦੀ ਹੈ ਇਸੇ ਦਾ ਮੈਮਰੀ ਕਿਸੇ ਪਰਸਨਲ ਕੰਪਿਊਟਰ ਦਾ ਨੀਵ ਪੱਥਰ ਹੈ ਡਾਟਾ ਇਜ਼ ਸਟੋਰਡ ਇਨ ਦਾ ਮੈਮਰੀ ਯੂਨਿਟ ਵਿਚ ਇਜ਼ ਮੇਡ ਅਪ ਆਫ ਨੰਬਰ ਆਫ ਲੋਕੇਸ਼ਨਸ ਆਲ ਡਾਟਾ ਸਟੋਰਡ ਇਨ ਬਾਈਨਰੀ ਨੰਬਰਸ ਦੈਟ ਇਜ਼ 01 ਮੈਮਰੀ ਆਫ ਕੰਪਿਊਟਰ ਇਜ਼ ਬੇਸਿਕਲੀ ਟੂ ਟਾਈਪਸ ਵਨ ਇਜ਼ ਮੇਨ ਮੈਮਰੀ অর ਪ੍ਰਾਇਮਰੀ ਮੈਮਰੀ ਸਕੈਂਡ ਇਜ਼ ਸੈਕੰਡਰੀ ਐਂਡ ਐਕਸਲਰੀ ਮੈਮਰੀ ਆਓ ਇਹਨੂੰ ਹੋਰ ਆਸਾਨ ਬਣਾਉਣ ਦੀ ਕੋਸ਼ਿਸ਼ ਕਰੀਏ ਪਹਿਲਾਂ ਦੇਖੋ ਤੁਹਾਡੀ ਜਾਣਕਾਰੀ ਦੱਸਾਂ ਮੈਮਰੀ ਆਮ ਤੌਰ ਤੇ ਇੱਕ ਹਾਰਡਵੇਅਰ ਦੇ ਰੂਪ ਵਿੱਚ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਨੇ ਉਹ ਵਾਲੇ ਡਿਵਾਈਸ ਜਿੱਥੇ ਮੈਮਰੀ ਇਹਨਾਂ ਦੇ ਵਿੱਚ ਸਟੋਰ ਹੁੰਦੀ ਹੈ ਡਾਟਾ ਸਟੋਰ ਹੁੰਦਾ ਇਹ ਮੈਮਰੀ ਦੇ ਡਿਵਾਈਸ ਨੇ ਮੈਮਰੀ ਕੀ ਹੈ ਕੰਪਿਊਟਰ ਦੇ ਵਿੱਚ ਡਾਟਾ ਨੂੰ ਸਟੋਰ ਕਰਨ ਦੀ ਇੱਕ ਯੂਨਿਟ ਹੈ ਜਿਹੜੇ ਡਿਫਰੈਂਟ ਟਾਈਪ ਦੀ ਲੋਕੇਸ਼ਨਸ ਤੋਂ ਡਾਟਾ ਕੰਪਿਊਟਰ ਦੇ ਵਿੱਚ ਆਂਦਾ ਹੈ ਜਦੋਂ ਕੋਈ ਵੀ ਯੂਜ਼ਰ ਕੰਪਿਊਟਰ ਨੂੰ ਯੂਜ਼ ਕਰ ਰਿਹਾ ਹੁੰਦਾ ਹੈ ਉਹ ਡਾਟਾ ਨੂੰ ਹਿਊਮਨ ਲੈਂਗੁਏਜ ਦੇ ਵਿੱਚ 1 2 ਏ ਬੀ ਸੀ ਉੜਾ ਅੜਾ ਇਸ ਤਰ੍ਹਾਂ ਟਾਈਪ ਕਰਦਾ ਹੈ ਸਾਨੂੰ ਲੱਗਦਾ ਹੈ ਕਿ ਇਸੇ ਤਰ੍ਹਾਂ ਹੀ ਡਾਟਾ ਮੈਮਰੀ ਚਲਾ ਗਿਆ ਨੋ ਮੈਮਰੀ ਕੰਪਿਊਟਰ ਦੇ ਵਿੱਚ ਡਾਟਾ ਰੀਸੀਵ ਕਰ ਲੈਂਦੇ ਆ ਉਸ ਤੋਂ ਬਾਅਦ ਉਹ ਡਾਟਾ ਐਜ਼ ਅ ਬਾਈਨਰੀ ਨੰਬਰ ਬਾਈਨਰੀ ਨੰਬਰ 0 ਤੇ 1 ਨੇ ਉਸ ਰੂਪ ਚ ਕੋਡਸ ਦੇ ਰੂਪ ਦੇ ਵਿੱਚ ਉਹ ਡਾਟਾ ਸਟੋਰ ਹੋ ਜਾਂਦਾ ਹੈ ਉਹ ਡਾਟਾ ਮেইন ਪ੍ਰੋਸੈਸਰ ਜਾਂਦਾ ਹੈ ਉੱਥੇ ਪ੍ਰੋਸੈਸਿੰਗ ਹੁੰਦੀ ਹੈ ਕੰਟਰੋਲ ਯੂਨਿਟ ਸਾਰੇ ਪ੍ਰੋਸੈਸ ਨੂੰ ਧਿਆਨ ਚ ਰੱਖਦਾ ਜਿਵੇਂ ਉਹਨੂੰ ਇਨਸਟਰਕਸ਼ਨਸ ਮਿਲਦੀਆਂ ਨੇ ਯੂਜ਼ਰ ਦੇ ਦੁਆਰਾ ਤੇ ਫਿਰ ਡਾਟਾ ਪ੍ਰੋਸੈਸਡ ਹੋਣ ਤੋਂ ਬਾਅਦ ਜਿਵੇਂ ਇਨਪੁਟ ਰੂਪ ਚ ਡਾਟਾ ਪ੍ਰਾਪਤ ਹੋਇਆ ਸੀ ਕੋਡ ਚ ਕਨਵਰਟ ਹੋ ਗਿਆ ਸੀ ਬਾਈਨਰੀ ਨੰਬਰਸ ਦੇ ਵਿੱਚ ਜਿਹਨੂੰ ਕੰਪਿਊਟਰਾਈਜ਼ ਜਾਂ ਮਸ਼ੀਨੀ ਲੈਂਗੁਏਜ ਕਹਿੰਦੇ ਨੇ ਫਿਰ ਡਾਟਾ ਦੁਆਰਾ ਡੀਕੋਡ ਹੋ ਕੇ ਆਉਟਪੁੱਟ ਦੇ ਰੂਪ ਦੇ ਵਿੱਚ ਯੂਜ਼ਰ ਦੇ ਸਾਹਮਣੇ ਆ ਜਾਂਦਾ ਹੈ ਇਹ ਵੀ ਮੈਮਰੀ ਦੇ ਵਿੱਚੋਂ ਹੀ ਆਂਦਾ ਹੈ ਧਿਆਨ ਰੱਖਿਓ ਪ੍ਰੋਸੈਸਿੰਗ ਹੋਣ ਤੋਂ ਬਾਅਦ ਤਾਂ ਜਿਹੜੀ ਕੰਪਿਊਟਰ ਦੀ ਮੈਮਰੀ ਆ ਉਹ ਲਗਾਤਾਰ ਡਾਟਾ ਨੂੰ ਇਨਪੁਟ ਦੇ ਰੂਪ ਚ ਰਿਸੀਵ ਕਰਨ ਦੇ ਲਈ ਤੇ ਜਦੋਂ ਪ੍ਰੋਸੈਸਟ ਹੋ ਜਾਂਦਾ ਆਉਟਪੁਟ ਰੂਪ ਦੇ ਵਿੱਚ ਉਹਨੂੰ ਸੇਵ ਕਰਕੇ ਰੱਖਣ ਜਾਂ ਸਾਡੇ ਸਾਹਮਣੇ ਪੇਸ਼ ਕਰਨ ਦੇ ਵਿੱਚ ਮੇਜਰ ਮੇਜਰ ਇੱਕ 파ਰਟ ਹੈ ਕੰਪਿਊਟਰ ਦਾ ਕਲੀਅਰ ਹੋ ਗਿਆ ਮੇਨ ਦੋ ਟਾਈਪ ਨੇ ਮੇਨ ਮੈਮਰੀ ਜਿਹਨੂੰ ਪ੍ਰਾਇਮਰੀ ਮੈਮਰੀ ਦਾ ਨਾਮ ਦਿੱਤਾ ਜਾਂਦਾ ਹੈ ਸੈਕੰਡਰੀ ਔਰ ਐਕਸੈਲਰੀ ਮੈਮਰੀ ਇਹਨਾਂ ਦੇ ਬਾਰੇ ਆਪਾਂ ਆਉਣ ਵਾਲੇ ਚੈਪਟਰ ਚ ਡਿਟੇਲਸ ਗੱਲ ਕਰਾਂਗੇ ਇਹ ਤੁਹਾਡੇ ਸਾਹਮਣੇ ਬਹੁਤ ਸਾਰੇ ਮੈਮਰੀ ਡਿਵਾਈਸ ਨੇ ਸੀਡੀ ਹੈ ਪੈਨ ਡਰਾਈਵ ਹੈ ਰੈਮ ਤੇ ਰੋਮ ਨੇ ਮੈਮਰੀ ਦੇ ਪਾਰਟਸ ਇਹ ਸਾਰੇ ਡਿਫਰੈਂਟ ਟਾਈਪ ਹਾਰਡ ਡਿਸਕ ਹੈ ਇਹ ਸਾਰੇ ਮੈਮਰੀ ਦੇ ਡਿਫਰੈਂਟ ਡਿਵਾਈਸਸ ਨੇ ਜਿਹੜੇ ਯੂਜ਼ ਹੁੰਦੇ ਨੇ ਕਿਸੇ ਕੰਪਿਊਟਰ ਚ ਆਉਣ ਵਾਲੇ ਚੈਪਟਰ ਜਦੋਂ ਅਸੀਂ ਹਾਰਡਵੇਅਰਸ ਦੀ ਗੱਲ ਕਰਾਂਗੇ ਸੌਫਟਵੇਅਰਸ ਦੀ ਗੱਲ ਕਰਾਂਗੇ ਉਦੋਂ ਅਸੀਂ ਡਿਟੇਲ ਦੇ ਵਿੱਚ ਇਹਨਾਂ ਦੇ ਬਾਰੇ ਗੱਲ ਕਰਾਂਗੇ ਨੈਕਸਟ ਵਨ ਇਜ਼ ਇਨਪੁਟ ਯੂਨਿਟ ਇਨਪੁਟ ਯੂਨਿਟ ਦਾ ਕੰਪਿਊਟਰ ਦੀ ਆਰਗੇਨਾਈਜੇਸ਼ਨ ਚ ਕੀ ਕੰਮ ਹੈ ਡੀਅਰ ਸਟੂਡੈਂਟਸ With the help of input unit data fields and instructions can be given into the computer. There are many devices which acts as input unit. All input devices provides data that is transformed into binary codes and accepted by primary memory of the computer. But we have to say, memory input devices. Key command is e a device. ਕੀਬੋਰਡ ਹੈ ਮਾਊਸ ਹੈ ਜੁਆਇਸਟਿਕ ਹੈ ਸਕੈਨਰ ਹੈ ਆਨ ਵਾਲੇ ਚੈਪਟਰਸ ਕੁੱਲੇ-ਕੁੱਲੇ ਵਾਰੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਹੈ ਸਾਡੇ ਇਸ ਸਬਜੈਕਟ ਫੰਡਾਮੈਂਟਲ ਆਫ ਈ-ਬਿਜ਼ਨਸ ਆਪਾਂ ਇੱਥੇ ਗੱਲ ਕਰੀਏ ਇਨਪੁਟ ਡਿਵਾਈਸਸ ਉਹ ਸਾਰੇ ਡਿਵਾਈਸਸ ਨੇ ਜਿਹੜੇ ਡਾਟਾ ਨੂੰ ਫੀਡ ਕਰਦੇ ਨੇ ਇਨਸਟਰਕਸ਼ਨਸ ਦਿੰਦੇ ਨੇ ਕੰਪਿਊਟਰ ਨੂੰ ਵਿਦ ਦਾ ਹੈਲਪ ਆਫ ਇਨਪੁਟ ਡਿਵਾਈਸਸ ਵੀ ਕੈਨ ਡੂ ਥਿਸ ਬਹੁਤ ਸਾਰੇ ਇਨਪੁਟ ਡਿਵਾਈਸਸ ਨੇ ਜਿਹੜੇ ਇਨਪੁਟ ਯੂਨਿਟਸ ਦੇ ਰੂਪ ਵਿੱਚ ਕੰਮ ਕਰਦੇ ਨੇ ਸਾਰੇ ਇਨਪੁਟ ਡਿਵਾਈਸਸ ਡਾਟਾ ਪ੍ਰੋਵਾਈਡ ਕਰਦੇ ਨੇ ਤੇ ਡਾਟਾ ਜੋ ਹਿਊਮਨ ਲੈਂਗੁਏਜ ਹੁੰਦੀ ਹੈ ਉਹਨੂੰ ਟਰਾਂਸਫਾਰਮਡ ਕਰਕੇ ਬਾਈਨਰੀ ਕੋਡਸ ਦੇ ਵਿੱਚ ਭੇਜਦੇ ਨੇ ਤੇ ਬਾਈਨਰੀ ਕੋਡਸ ਦੇ ਵਿੱਚ ਉਹ ਡਾਟਾ ਪ੍ਰਾਇਮਰੀ ਮੈਮਰੀ ਦੇ ਦੁਆਰਾ ਕੰਪਿਊਟਰ ਚ ਅਕਸੈਪਟ ਕਰ ਲਿਆ ਜਾਂਦਾ ਹੈ ਫਿਰ ਅੱਗੇ ਤੁਹਾਨੂੰ ਪਤਾ ਹੈ ਡੀਅਰ ਸਟੂਡੈਂਟਸ ਫਿਰ ਉਹਦੇ ਤੇ ਪ੍ਰੋਸੈਸਿੰਗ ਹੁੰਦੀ ਹੈ ਕੋਡਿੰਗ ਦੇ ਰੂਪ ਵਿੱਚ ਸਾਰੀ ਬਾਈਨਰੀ ਨੰਬਰ ਚ ਪ੍ਰੋਸੈਸਿੰਗ ਹੁੰਦੀ ਹੈ ਮਸ਼ੀਨਰੀ ਲੈਂਗੁਏਜ ਦੇ ਵਿੱਚ ਫਿਰ ਦੁਬਾਰਾ ਆਉਟਪੁੱਟ ਯੂਨਿਟ ਦਾ ਕੰਮ ਆ ਜਾਂਦਾ ਹੈ ਉਹ ਆਪਾਂ ਅੱਗੇ ਗੱਲ ਕਰਦੇ ਆ ਇਨਪੁੱਟ ਹੈ ਡਾਟਾ ਨੂੰ ਕੰਪਿਊਟਰ ਦੇ ਵਿੱਚ ਕਿਸੇ ਇਨਫੋਰਮੇਸ਼ਨ ਨੂੰ ਕਿਸੇ ਇਨਸਟਰਕਸ਼ਨ ਨੂੰ ਜਿਸ ਦੇ ਅਕੋਰਡਿੰਗਲੀ ਪ੍ਰੋਸੈਸਰ ਨੇ ਕੰਮ ਕਰਨਾ ਹੈ ਉਹਨੂੰ ਡਾਟਾ ਨੂੰ ਭੇਜਣ ਵਾਲੇ ਸਾਰੇ ਡਿਵਾਈਸਿਸ ਕੀ ਨੇ ਇਨਪੁਟ ਡਿਵਾਈਸਿਸ ਜਾਂ ਇਨਪੁਟ ਯੂਨਿਟ ਦਾ ਪਾਰਟ ਨੈਕਸਟ ਵਨ ਹੈ ਆਉਟਪੁੱਟ ਯੂਨਿਟ ਇਹ ذریعے ਆਉਟਪੁੱਟ ਨੇ ਤੁਸੀਂ ਦੇਖ ਰਹੇ ਹੋਵੋਗੇ ਤੁਹਾਡੇ ਸੋਨੇ ਪ੍ਰੋਜੈਕਟਰ ਹੈ ਕੰਪਿਊਟਰ ਦੀ ਸਕਰੀਨ ਹੈ ਜਿਹਨੂੰ LCD LED ਦੇ ਰੂਪ ਦੇ ਵਿੱਚ ਹੋ ਸਕਦੀ ਹੈ ਸਪੀਕਰਸ ਨੇ ਪ੍ਰਿੰਟਰ ਹੈ ਸਾਰੇ ਆਉਟਪੁੱਟ ਡਿਵਾਈਸਿਸ ਨੇ ਇਹ ਸਾਰੇ ਆਉਟਪੁੱਟ ਯੂਨਿਟ ਦਾ ਮੈਜ਼ਰ ਇਹ ਪਾਰਟ ਨੇ ਹੈ ਆਉਟਪੁੱਟ ਯੂਨਿਟ ਹੁੰਦੀ ਕੀ ਹੈ ਐਨ ਆਉਟਪੁੱਟ ਡਿਵਾਈਸ ਇਜ਼ ਐਨੀ ਪੀਸ ਆਫ ਕੰਪਿਊਟਰ ਹਾਰਡਵੇਅਰ ਇਕੁਪਮੈਂਟ ਵਿਚ ਕਨਵਰਟ ਇਨਫੋਰਮੇਸ਼ਨ ਇਨਟੂ ਹਿਊਮਨ ਰੀਡੇਬਲ ਫਾਰਮ ਸੀਪੀਯੂ ਪ੍ਰੋਸੈਸ ਦਾ ਡਾਟਾ ਧਿਆਨ ਅਕੋਰਡਿੰਗ ਟੂ ਦਾ ਇਨਸਟਰਕਸ਼ਨ ਰੀਸੀਵਡ ਫਰੋਮ ਦਾ ਇਨਪੁੱਟ ਯੂਨਿਟ ਅਪਨ ਸਟੈਪ ਵਾਈਜ਼ ਕਰਦੇ ਆਉਟਪੁੱਟ ਆਉਟ ਡਿਵਾਈਸ ਨੇ ਜੋ ਕੰਪਿਊਟਰ ਦੇ ਹਾਰਡਵੇਅਰ ਨੇ ਇੱਕ ਤਰ੍ਹਾਂ ਦੇ ਤੇ ਇਹ ਕਰਦੇ ਕੀ ਨੇ ਜੋ ਇਨਫੋਰਮੇਸ਼ਨ ਪ੍ਰੋਸੈਸਰ ਦੇ ਵਿੱਚ ਪ੍ਰੋਸੈਸਿੰਗ ਹੋਣ ਤੋਂ ਬਾਅਦ ਆਉਟਪੁੱਟ ਦੇ ਰੂਪ ਚ ਆਣੀ ਹੁੰਦੀ ਹੈ ਉਹਨੂੰ ਹਿਊਮਨ ਬੀਇੰਗ ਦੇ ਲਈ ਪੜਨਯੋਗ ਬਣਾ ਲੈਂਦੇ ਨੇ ਮਤਲਬ ਬਾਈਨਰੀ ਨੰਬਰ ਤੋਂ ਦੁਬਾਰਾ ਹਿਊਮਨ ਲੈਂਗੁਏਜ ਕਨਵਰਟ ਕਰਨ ਚ ਇਹਨਾਂ ਦਾ ਕੰਮ ਹੁੰਦਾ ਹੈ CPU ਜਦੋਂ ਡਾਟਾ ਨੂੰ ਪ੍ਰੋਸੈਸ ਕਰ ਲੈਂਦਾ ਹੈ ਇਨਸਟਰਕਸ਼ਨ ਜੋ ਉਹਨੂੰ ਇਨਪੁਟ ਯੂਨਿਟ ਤੋਂ ਪ੍ਰਾਪਤ ਹੁੰਦੀਆਂ ਨੇ ਉਸ ਤੋਂ ਬਾਅਦ ਪ੍ਰੋਸੈਸ ਤੋਂ ਬਾਅਦ ਆਉਟਪੁੱਟ ਯੂਨਿਟ ਉਸ ਡਾਟਾ ਨੂੰ ਹੀ ਰਿਜ਼ਲਟ ਦੇ ਰੂਪ ਚ ਯੂਜ਼ਰ ਦੇ ਸਾਹਮਣੇ ਪੇਸ਼ ਕਰਦਾ ਹੈ ਇਨ देयर ਓਨ ਲੈਂਗੁਏਜ which can be understood by human being da user ae onu samajh sake oh de vich pesh karta binary numbers nahi hunde as a result of this the binary form of this unit ਕਨਵਰਟਡ ਇਨਟੂ ਹਿਊਮਨ ਐਕਸੈਪਟੇਬਲ ਫਾਰਮ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਜਿਹੜੀ ਬਾਈਨਰੀ ਫਾਰਮੇਸ਼ਨ ਹੈ ਆਊਟਪੁੱਟ ਯੂਨਿਟ ਦੇ ਦੁਆਰਾ ਮਨੁੱਖ ਦੇ ਸਵੀਕਾਰ ਕਰਨ ਯੋਗ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਕਨਵਰਟ ਹੋ ਕੇ ਸਾਡੇ ਸਾਹਮਣੇ ਆ ਜਾਂਦੀ ਹੈ ਚਾਹੇ ਉਹ ਪ੍ਰਿੰਟਰ ਦੇ ਦੁਆਰਾ ਆਵੇ ਪ੍ਰੋਜੈਕਟਰ ਦੇ ਦੁਆਰਾ ਆਵੇ ਬਹੁਤ ਸਾਰੀਆਂ ਜਿਹੜੀਆਂ ਵਿਜ਼ੂਅਲ ਡਿਸਪਲੇ ਯੂਨਿਟਸ ਨੇ ਉਹ ਸਾਡੇ ਸਾਹਮਣੇ ਡਾਟਾ ਨੂੰ ਪੇਸ਼ ਕਰਦੀਆਂ ਨੇ ਵਿਦ ਦਾ ਹੈਲਪ ਆਫ ਆਊਟਪੁੱਟ ਯੂਨਿਟ ਇਸ ਢੰਗ ਦੇ ਨਾਲ ਚਾਹੇ ਅਸੀਂ ਜਿੰਨਾ ਯੂਨਿਟਸ ਦੀ ਗੱਲ ਕਰ ਰਹੇ ਹਾਂ ਇਹ ਸਾਰੇ ਦੇ ਸਾਰੇ ਮਿਲ ਕੇ ਕੰਪਿਊਟਰ ਨੂੰ ਇੱਕ ਆਰਗੇਨਾਈਜ਼ਡ ਰੂਪ 'ਚ ਵਕ ਕਰ ਦੇਨੇ ਕੰਪਿਊਟਰ ਦੇ ਵਿੱਚ ਤੇ ਕੰਪਿਊਟਰਾਈਜ਼ਡ ਦਾ ਪ੍ਰੋਸੈਸ ਕੰਪਿਊਟਰ ਦਾ ਜਿਹੜਾ ਪ੍ਰੋਸੈਸ ਹੈ ਪੂਰਾ ਹੋ ਜਾ ਸਟੂਡੈਂਟਸ ਹਾਲ ਕਨਸੈਪਟ ਇਜ਼ ਕਲੀਅਰ ਇਸ ਤੋਂ ਪਹਿਲਾਂ ਮੈਂ ਉਹਦੇ ਬਾਰੇ ਗੱਲ ਕਰਾਂ ਇੱਕ ਜ਼ਰੂਰੀ ਸੂਚਨਾ ਇਸ ਚੈਨਲ ਤੇ ਫੰਡਾਮੈਂਟਲ ਆਫ ਈ-ਬਿਜ਼ਨਸ ਨਾਲ ਰਿਲੇਟਡ F1 F2 F3 F4 ਇਸ ਨੰਬਰ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆਲਰੇਡੀ ਨੇ ਬਹੁਤ ਸਾਰੀਆਂ ਆਉਣ ਵਾਲੀਆਂ ਨੇ ਇਹਨਾਂ ਨੂੰ ਲਗਾਤਾਰ ਦੇਖਦੇ ਰਹੋ ਤੇ ਹਰ ਵੀਡੀਓ ਨੂੰ ਮੈਂ ਪੰਜਾਬੀ ਤੇ ਇੰਗਲਿਸ਼ ਦੇ ਵਰਜ਼ਨ ਦੇ ਵਿੱਚ ਇੰਗਲਿਸ਼ ਰੂਪ ਦੇ ਵਿੱਚ ਵੀ ਇੱਥੇ ਪੁੱਟ ਅਪ ਕੀਤਾ ਹੈ ਤੇ ਜਿਹੜੇ ਬੱਚੇ ਹਿੰਦੀ ਦੇ ਨਾਲ ਇੰਗਲਿਸ਼ ਦਾ ਤੰਗ ਸਮਝਣ ਵਾਲੇ ਨੇ ਉਹਨਾਂ ਬੱਚਿਆਂ ਦੇ ਲਈ ਸੇਮ ਵੀਡੀਓ ਮੈਂ ਹਿੰਗਲਿਸ਼ ਹਿੰਦੀ ਤੇ ਇੰਗਲਿਸ਼ ਦੇ ਕੰਬੀਨੇਸ਼ਨਸ ਨੇ ਹਰ ਇੱਕ ਵੀਡੀਓ ਦਾ ਮੈਂ ਡਬਲ ਫਾਰਮੇਸ਼ਨ ਤਿਆਰ ਕੀਤਾ ਹੈ ਸੋ ਇਹਨਾਂ ਨੂੰ ਦੇਖਦੇ ਰਹੋ ਬਹੁਤ ਸਾਰੇ ਨੰਬਰ ਨੇ आई थिंक द होल कांसेप्ट इज क्लियर वी हैव डिसकस्ड टुडे वी हैव डिसकस्ड जस्ट फॉर रिकैल्क्युलेशन परपस द ऑर्गेनाइजेशन ऑफ कंप्यूटर अंडर व्हिच वी डिसकस्ड वी हैव डिसकस्ड सीपीयू एलयू कंट्रोल यूनिट मेमोरी इनपुट एंड आउटपुट यूनिट फॉर योर काइंड इंफॉर्मेशन अंदर डिटेल ਦੇ ਵਿੱਚ ਆਉਣ ਵਾਲੇ ਬਹੁਤ ਸਾਰੇ ਚੈਪਟਰਸ ਨੇ ਜਿੱਥੇ ਇਕੱਲੇ ਇਕੱਲੇ ਯੂਨਿਟ ਦੇ ਬਾਰੇ ਡਿਟੇਲਸ ਗੱਲ ਹੋਏਗੀ ਹਰ ਡਿਵਾਈਸ ਦੇ ਬਾਰੇ ਗੱਲ ਹੋਏਗੀ ਸੋ स्टूडेंट्स ਦੇਖਦੇ ਰਹੋ ਤੇ ਵੀਡੀਓ ਨੰਬਰ 6 ਜੋ ਇਸ ਤੋਂ ਬਾਅਦ ਨਾਲ ਰਿਲੇਟਡ ਹੈ ਇਸ ਚੈਨਲ ਤੇ ਉਹ ਹੈ ਰਿਗਾਰਡਿੰਗ ਹਾਰਡਵੇਅਰ ਕਨਸੈਪਟਸ I think the whole concept is quite clear. So, students, thank you very much.